ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ, ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ। ਅਤੇ ਇਸ ਸ਼ੋਅ ਦੇ ਵਿੱਚ ਅੱਜ ਗੱਲ ਹੋਏਗੀ ਇੱਕ ਅਜਿਹੇ ਇੰਪੋਰਟੈਂਟ ਮੁੱਦੇ ਦੀ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਸੂਬੇ ਦੀ ਤਰੱਕੀ ਨਿਰਭਰ ਕਰਦੀ ਹੈ ਉੱਥੋਂ ਦੇ ਇਨਫਰਾਸਟ੍ਰਕਚਰ 'ਤੇ, ਯਾਨੀ ਕਿ ਮੁੱਢਲੇ ਢਾਂਚੇ 'ਤੇ। ਅਤੇ ਜੇ ਮੁੱਢਲੇ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਮੁੱਢਲੇ ਢਾਂਚਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਸੜਕੀ ਆਵਾਜਾਈ, ਰੋਡ ਇਨਫਰਾਸਟ੍ਰਕਚਰ ਤੁਹਾਡੇ ਸੂਬੇ ਦਾ, ਸਟੇਟ ਦਾ ਕਿਵੇਂ ਦਾ, ਕਿਉਂਕਿ ਉੱਥੇ ਹੀ ਤੁਹਾਡਾ ਵਪਾਰ ਵੀ ਨਿਰਭਰ ਕਰਦਾ, ਉੱਥੇ ਹੀ ਤੁਹਾਡਾ ਟੂਰਿਜ਼ਮ ਵੀ ਨਿਰਭਰ ਕਰਦਾ। ਸੋ ਅਜਿਹੀਆਂ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ। ਪਿਛਲੇ ਕੁਝ ਦਹਾਕੇ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਸੜਕੀ ਆਵਾਜਾਈ ਦਾ ਇੱਕ ਵੱਡਾ ਜਾਲ ਪੰਜਾਬ ਦੇ ਵਿੱਚ ਵਿਛਾਇਆ ਗਿਆ ਸੀਗਾ, ਜਿਸਦੇ ਕਰਕੇ 4 ਲੇਨ 6 ਲੇਨ ਸੜਕਾਂ ਨੇ ਜਿਹੜੀਆਂ ਉਹ ਚਾਰੋਂ ਪਾਸੇ ਨਜ਼ਰ ਆਉਂਦੀਆਂ ਸੀ। ਪਰ ਹੁਣ ਕੁਝ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਜਿਸ ਤਰ੍ਹਾਂ ਤੁਹਾਡੀ ਪਾਪੂਲੇਸ਼ਨ ਵਧਦੀ ਆ, ਆਬਾਦੀ ਵਧਦੀ ਹੈ, ਜਿੱਦਾਂ ਗੱਡੀਆਂ ਦੀ ਗਿਣਤੀ ਵਧਦੀ ਹੈ, ਉੱਦਾਂ ਤੁਹਾਨੂੰ ਵਿਸਥਾਰ ਕਰਨਾ ਪੈਂਦਾ। ਔਰ ਵਿਸਥਾਰ ਦੇ ਲਈ ਤੁਹਾਨੂੰ ਨਵੀਆਂ ਸੜਕਾਂ, ਨਵੇਂ ਪੁੱਲ, ਬਥੇਰਾ ਕੁਛ ਨਵਾਂ ਜਿਹੜਾ ਹਾਈਵੇ ਉਹ ਕੱਢਣੇ ਪੈਂਦੇ ਨੇ। ਹੁਣ ਅਜਿਹੇ ਦੇ ਵਿੱਚ NHAI ਵੱਲੋਂ ਕੁਛ ਅਜਿਹੇ ਪ੍ਰੋਜੈਕਟ ਪੰਜਾਬ ਦੇ ਲਈ ਸ਼ੁਰੂ ਕੀਤੇ ਗਏ ਸੀ, ਜਾਂ ਪੰਜਾਬ ਦੇ ਵਿੱਚੋਂ ਹੋ ਕੇ ਗੁਜ਼ਰਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸੀਗੇ, ਜਿਹੜੇ ਕਿ ਕੰਪਲੀਟ ਹੋ ਜਾਣ ਤਾਂ ਪੰਜਾਬ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਨੇ। ਪਰ NHAI ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਸਾਨੂੰ ਸਮਰਥਨ ਨਹੀਂ ਦੇ ਰਹੀ, ਪੰਜਾਬ ਸਰਕਾਰ ਦੇ ਕਰਕੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਖਟਾਈ ਦੇ ਵਿੱਚ ਪੈ ਰਹੇ ਨੇ। ਕੇਂਦਰ ਸਰਕਾਰ ਦਾ ਵੀ ਦਾਅਵਾ, ਉਹਨਾਂ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਾਰਨ NHAI ਦੇ ਪ੍ਰੋਜੈਕਟ ਖਤਮ ਹੋਣ ਦੀ ਕਗਾਰ 'ਤੇ ਆ ਚੁੱਕੇ ਨੇ। ਕੇਂਦਰ ਦੇ ਨਵੇਂ ਪ੍ਰੋਜੈਕਟਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਅੜਿੱਕੇ ਜਾਣ ਬੁੱਝ ਕੇ ਪਾਏ ਜਾ ਰਹੇ ਨੇ। ਇਹ ਵਿਜੇ ਸਾਂਪਲਾ ਹੋਰਾਂ ਨੇ ਵੀ ਅੱਜ ਦਾਅਵਾ ਕੀਤਾ NHAI ਦੇ ਪ੍ਰੋਜੈਕਟਾਂ ਨੂੰ ਖਤਮ ਕਰਨਾ ਸੂਬੇ ਦੀ ਆਰਥਿਕਤਾ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ। ਦਰਅਸਲ NHAI ਵੱਲੋਂ 5200 ਕਰੋੜ ਦੇ ਵਿੱਚ 1500 ਕਿਲੋਮੀਟਰ ਹਾਈਵੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ, ਜਿਸ ਦੇ ਲਈ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜ਼ਮੀਨ ਅਕੁਆਇਰ ਕੀਤੀ ਜਾ ਰਹੀ ਹੈ। ਦਾਅਵਾ ਇਹ ਕੀਤਾ ਜਾ ਰਿਹਾ ਕਿ 256 ਕਿਲੋਮੀਟਰ ਅਤੇ 8245 ਕਰੋੜ ਰੁਪਏ ਦੇ 7 ਹਾਈਵੇ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋ ਸਕੇ। NHAI ਨੂੰ ਅਕੁਆਇਰ ਕੀਤੀ ਗਈ ਜ਼ਮੀਨ ਦੇ 80% ਦਾ ਘੱਟੋ ਘੱਟ ਕਬਜ਼ਾ ਨਹੀਂ ਮਿਲਿਆ। ਇਸ ਕਾਰਨ ਪੰਜਾਬ ਦੇ ਵਿੱਚ 3,303 ਕਰੋੜ ਰੁਪਏ ਦੇ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ। NHAI ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ 4,942 ਕਰੋੜ ਦੇ ਹੋਰ 4 ਪ੍ਰੋਜੈਕਟਾਂ ਨੂੰ ਖਤਮ ਕੀਤਾ ਜਾ ਸਕਦਾ ਜੇਕਰ ਸਰਕਾਰ ਨੇ ਸਾਨੂੰ ਸਹਿਯੋਗ ਨਹੀਂ ਕੀਤਾ। ਸੂਤਰ ਇਹ ਵੀ ਦੱਸਦੇ ਨੇ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੋਰਾਂ ਨੇ NHAI ਨਾਲ ਮੀਟਿੰਗ ਵੀ ਕੀਤੀ ਹੈ, ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵੀ ਸ਼ਾਮਿਲ ਹੋਏ ਸੀਗੇ। ਔਰ ਉਹਨਾਂ ਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਸੁਹਿਰਦਤਾ ਦੇ ਨਾਲ NHAI ਦਾ ਸਹਿਯੋਗ ਕਰੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਹੋ ਸਕਦਾ। ਤੁਹਾਨੂੰ ਯਾਦ ਕਰਾ ਦਈਏ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ, ਜਿਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਉਹ ਹੈਗਾ ਦਿੱਲੀ ਕਟੜਾ ਜੰਮੂ ਹਾਈਵੇ, ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਸ ਨੂੰ ਅਸੀਂ ਕਹਿੰਦੇ ਹਾਂ। ਔਰ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹ ਜਦੋਂ ਹਾਈਵੇ ਕੰਪਲੀਟ ਹੋ ਜਾਏਗਾ ਤਾਂ ਅੰਮ੍ਰਿਤਸਰ ਦੀ ਦੂਰੀ ਦਿੱਲੀ ਨਾਲੋਂ, ਦਿੱਲੀ ਦੀ ਦੂਰੀ ਪੰਜਾਬ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਜਾਏਗੀ, ਘੱਟੋ ਘੱਟ ਅੱਧੋ ਅੱਧਾ ਫਰਕ ਪੈ ਜਾਏਗਾ। ਦਾਅਵਾ ਤਾਂ ਇੱਥੋਂ ਤੱਕ ਕੀਤਾ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਤਾਂ 4-4.5 ਘੰਟੇ ਦੇ ਵਿੱਚ ਤੁਸੀਂ ਦਿੱਲੀ ਪਹੁੰਚ ਸਕਦੇ ਹੋ, ਜਿਹੜਾ ਹੁਣ 7-8 ਘੰਟੇ ਲੱਗਦੇ ਨੇ। ਸੋ ਅਜਿਹੇ ਦੇ ਵਿੱਚ ਇਹ ਪ੍ਰੋਜੈਕਟ ਜੇ ਨੇਪਰੇ ਚੜ੍ਹ ਜਾਂਦਾ ਤਾਂ ਇਹ ਬਹੁਤ ਵਧੀਆ। ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕੁਝ ਸੂਤਰਾਂ ਤੋਂ, ਅਸੀਂ ਇਹ ਵੀ ਜਾਣਕਾਰੀ ਲਈ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਜ਼ਮੀਨ ਅਕੁਆਇਰ ਕੀਤੀ ਗਈ ਹੈ ਉਸਦਾ ਸਾਰਾ ਪੈਸਾ ਟਾਈਮਲੀ ਦੇ ਦਿੱਤਾ ਗਿਆ, ਪਰ ਅੱਗੋਂ ਇਹ ਪੈਸਾ ਜਿਹੜਾ ਉਹ ਜਿਹੜੇ ਕਾਸ਼ਤਕਾਰ ਸੀਗੇ ਜਾਂ ਕਿਸਾਨ ਸੀ ਜਿਨ੍ਹਾਂ ਦੀ ਜ਼ਮੀਨ ਅਕੁਆਇਰ ਕੀਤੀ ਹੈ ਉਹਨਾਂ ਨੂੰ ਸਹੀ ਸਮੇਂ 'ਤੇ ਨਹੀਂ ਮਿਲ ਪਾਇਆ, ਔਰ ਉਹ ਕਬਜ਼ੇ ਨਹੀਂ ਛੱਡ ਰਹੇ, ਜਾਂ ਜਿਸ ਨੂੰ ਮਿਲਿਆ ਵੀ ਹੈ ਤਾਂ ਝਗੜੇ ਵਾਲੀ ਜ਼ਮੀਨ ਰਹੀ ਹੈ ਉੱਥੇ ਤਾਂ ਉਹ ਕਬਜ਼ੇ ਨਹੀਂ ਛੱਡ ਰਹੇ। ਖਾਸ ਤੌਰ 'ਤੇ ਗੁਰਦਾਸਪੁਰ ਏਰੀਏ ਦੇ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ। ਇਸ ਪੂਰੇ ਮੁੱਦੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਦੋ ਖਾਸ ਮਹਿਮਾਨ ਮੌਜੂਦ ਨੇ। SS ਚੰਨੀ ਸਾਹਿਬ, ਬੁਲਾਰੇ ਪੰਜਾਬ ਬੀਜੇਪੀ
ਬੀਜੇਪੀ ਦੇ, ਕਿਉਂਕਿ ਦਾਅਵਾ ਬੀਜੇਪੀ ਕਰ ਰਹੀ ਹੈ ਤਾਂ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕੀ ਹੈ ਉਹਦੇ 'ਤੇ, ਉਹ ਗੱਲਬਾਤ ਕਰਨ ਦੇ ਲਈ ਚੰਨੀ ਸਾਹਿਬ ਨਾਲ ਗੱਲ ਕਰਾਂਗੇ। ਐਡਵੋਕੇਟ ਅਨਿਲ ਮਹਿਤਾ ਸਾਹਿਬ ਮੇਰੇ ਨਾਲ ਮੌਜੂਦ ਨੇ, ਸੀਨੀਅਰ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਕਿਉਂਕਿ ਯਾਦ ਕਰਾ ਦਈਏ ਕਿ NHAI ਹੁਣ ਹਾਈ ਕੋਰਟ ਦੇ ਵਿੱਚ ਵੀ ਗਈ ਹੈ। NHAI ਵੱਲੋਂ ਦੋ ਚੀਜ਼ਾਂ ਹਾਈ ਕੋਰਟ ਦੇ ਵਿੱਚ ਕਹੀਆਂ ਗਈਆਂ ਨੇ। ਕੁਝ ਇੱਕ ਤਾਂ ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ਾ ਨੇ ਉੱਥੇ ਕਿਸਾਨ ਬੈਠੇ ਨੇ, ਉਹਨਾਂ ਨੂੰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਹਟਾਉਣਾ, ਪਰ ਪੰਜਾਬ ਸਰਕਾਰ ਨਹੀਂ ਕੁਝ ਕਰ ਰਹੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ NHAI ਵੱਲੋਂ ਕਿ ਜ਼ਮੀਨਾਂ ਅਕੁਆਇਰ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ, ਉਹ ਸਾਨੂੰ ਅਕੁਆਇਰ ਕਰਕੇ ਨਹੀਂ ਦੇ ਰਹੀ, ਹਾਲਾਂਕਿ ਪੈਸਾ ਅਸੀਂ ਦੇਣਾ, ਤਾਂ ਵੀ ਇਹ ਚੀਜ਼ਾਂ ਨਹੀਂ ਹੋ ਪਾ ਰਹੀਆਂ। ਸੋ ਇਹ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਹੈ। ਚੰਨੀ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦੇ। ਚੰਨੀ ਸਾਹਿਬ ਹੁਣ ਸਵਾਲ ਇਹ ਖੜ੍ਹਾ ਹੁੰਦਾ ਕਿ ਜਾਂ ਤਾਂ ਪੈਸਾ ਸੂਬੇ ਦੀ ਸਰਕਾਰ ਨੇ ਦੇਣਾ ਹੋਵੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਢਿੱਲ ਮੱਠ ਕਰ ਰਹੇ ਨੇ, ਪੈਸਾ ਇਕੱਠਾ ਕਿੱਥੋਂ ਕਰਨਾ, ਬਜਟ ਇੰਨਾ ਹੈ ਨਹੀਂ ਹੈ, ਖਜ਼ਾਨਾ ਖਾਲੀ ਪਿਆ। ਪਰ ਜੇ ਪੈਸਾ ਕੇਂਦਰ ਦੀ ਸਰਕਾਰ ਨੇ ਦੇਣਾ ਔਰ ਰਿਵਾਰਡ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਣਾ, ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੀ ਇਹ ਨਕਾਰਾਤਮਕ ਭੂਮਿਕਾ ਕਿਵੇਂ ਹੋ ਸਕਦੀ ਹੈ? ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਜੀ, ਇਹ ਦੇਖੋ 52,000 ਕਰੋੜ ਰੁਪਏ ਦੇ ਪ੍ਰੋਜੈਕਟ, ਕੁਛ ਛੋਟੀ ਮੋਟੀ ਅਮਾਊਂਟ ਨਹੀਂ ਹੈ ਬਿਲਕੁਲ, ਤੇ ਜਿੰਨਾ ਕੁ ਬਜਟ ਇਹ ਆਪਣੀ ਪੰਜਾਬ ਦੀ ਨਿਕੰਮੀ ਸਰਕਾਰ ਰੱਖਦੀ ਹੈ, ਇਹ 1,000 ਕਰੋੜ ਰੁਪਇਆ ਰੱਖਦੀ ਹੈ ਕੈਪੀਟਲ ਐਕਸਪੈਂਡੀਚਰ ਵਾਸਤੇ ਜੀ, ਤੇ ਉਹਦੇ ਵਿੱਚੋਂ ਵੀ ਰੀਜ ਕੁਛ ਨਹੀਂ ਹੁੰਦਾ, ਤੇ ਇਸ ਹਿਸਾਬ ਦੇ ਨਾਲ ਇਹ ਸ਼ਾਇਦ ਜੇ 52 ਸਾਲ ਲੱਗੇ ਰਹਿਣ, ਚਲੋ ਇੰਨਾ ਤਾਂ ਖੈਰ ਹੈ ਨਹੀਂ, ਮਤਲਬ ਇੰਨੀ ਵੱਡੀ ਅਮਾਊਂਟ ਦੀ ਤੁਹਾਨੂੰ ਇੱਕ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਮਿਲੇ ਨੇ, ਤੇ ਤੁਸੀਂ ਉਹਨਾਂ ਵਾਸਤੇ ਵੀ ਸੁਹਿਰਦ ਨਹੀਂ ਹੈਗੇ। ਔਰ ਹੋਰ ਤੁਸੀਂ ਦੇਖੋ ਜੀ, ਹਾਈ ਕੋਰਟ ਦੇ ਵਿੱਚ ਵੀ ਗਈ ਹੈ ਨੈਸ਼ਨਲ ਹਾਈਵੇ ਅਥਾਰਟੀ, ਫਿਰ ਹਾਈ ਕੋਰਟ ਤੋਂ ਡਾਇਰੈਕਸ਼ਨ ਵੀ ਆ ਗਈ ਅਕਤੂਬਰ 2023 ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਾਂ ਕਹਿੰਦੇ ਕੁੰਭ ਕਰਨ ਦੀ ਨੀਂਦ ਚ ਸੁੱਤੇ ਹੋਏ ਨੇ, ਉਹਨਾਂ ਨੂੰ ਵੀ ਫਿਰ ਜਗਾਉਣਾ ਪੈਂਦਾ। ਹੁਣ ਤੁਸੀਂ ਦੇਖੋ ਵੀ ਪੰਜਾਬ ਸਰਕਾਰ ਵੱਲੋਂ ਕੁਛ ਨੀ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਛ ਨੀ, ਪੰਜਾਬ ਦੇ ਮੰਤਰੀ ਵੱਲੋਂ ਕੁਛ ਨੀ, ਸਿਰਫ ਨਿਤਿਨ ਗਡਕਰੀ ਜੀ ਨੇ ਆਹ ਕੱਲ ਤੇ ਪਰਸੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਜੀ, ਉਹਨਾਂ ਨੇ ਇਹਨਾਂ ਨੂੰ ਬਣਾਇਆ। ਫਿਰ ਅਸੀਂ ਕਹਿੰਦੇ ਹਾਂ ਕਿ ਭਾਰਤ ਸਰਕਾਰ ਕੀ ਕਰਦੀ ਹੈ, ਤੇ ਦੂਜੇ ਪਾਸੇ ਹੁਣ 31 ਜੁਲਾਈ ਨੂੰ ਆਨਰੇਬਲ ਪ੍ਰਾਈਮ ਮਿਨਿਸਟਰ ਸ੍ਰੀ ਨਰਿੰਦਰ ਮੋਦੀ ਜੀ, ਉਹ ਵੀ ਉਹਨਾਂ ਨੇ ਵੀ ਰਿਵਿਊ ਕਰਨਾ। ਅਸੀਂ ਕਹਿੰਦੇ ਹਾਂ ਕਿ ਜੀ ਸਾਡੇ ਨਾਲ ਇਹਨਾਂ ਦਾ ਲਗਾ ਨੀ ਹੈ, ਮਤਲਬ ਐਡੀ ਵੱਡੀ ਜਿਹੜੀ ਤੁਹਾਨੂੰ ਰਕਮ ਮਿਲੀ ਹੈਗੀ ਹੈ, ਤੇ ਫਿਰ ਤੂੰ ਚਾਹੀਦਾ ਤਾਂ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਪੈਣ ਵੀ ਜੀ ਸਾਡਾ ਸਾਨੂੰ ਪੈਸਾ ਤਾਂ ਉਹਨਾਂ ਨੇ ਪਹਿਲਾਂ ਦਿੱਤਾ ਹੋਇਆ, ਤੇ ਇਹਨਾਂ ਦੀ ਸਿਰਦਤਾ ਇੰਨੀ ਮਾੜੀ ਹੈ ਕਿ ਦੇਖੋ ਜਿਸਦਾ ਤੁਸੀਂ ਸਾਰੇ ਐਕਸਪੀਡ ਕਰਦੇ, ਮੈਂ ਵੀ ਸਾਰੇ ਡਾਟਾ ਦੁਬਾਰਾ ਵੀ ਕਹਿ ਸਕਦਾ, ਮਤਲਬ ਜਿਹੜਾ ਜਿੰਨੀ ਦੇਰ 80% ਰਕਬਾ ਤੁਸੀਂ ਅਕਵਾਇਰ ਕਰਕੇ ਪੈਸਾ ਡਿਸਬਰਸ ਕਰਕੇ ਉਹਦਾ ਪੋਜੈਸ਼ਨ ਨਹੀਂ ਦਿੰਦੇ, ਉਨੀ ਦੇਰ ਉਹ ਕੰਮ ਨਹੀਂ ਹੋ ਸਕਦਾ। ਚੰਨੀ ਸਾਹਿਬ ਮੈਂ ਇਹ ਡਿਬੇਟ ਕਰਨ ਤੋਂ ਪਹਿਲਾਂ, ਕਿਉਂਕਿ ਤੁਹਾਨੂੰ ਪਤਾ ਕਿ ਮੈਂ ਪੂਰਾ ਹੋਮਵਰਕ ਕਰਕੇ ਬੈਠਦਾ, ਕੁਛ ਕਿਸਾਨ ਭਾਈਚਾਰੇ ਦੇ ਨਾਲ ਗੱਲਾਂ ਹੋਈਆਂ, ਕੁਛ ਜਥੇਬੰਦੀਆਂ ਜਿਹੜਾ ਵਿਰੋਧ ਵੀ ਕਰ ਰਹੀਆਂ ਉਹਨਾਂ ਤੋਂ ਵੀ ਅਸੀਂ ਪੁੱਛਿਆ ਵੀ ਇਹ ਚੱਕਰ ਕੀ ਆ। ਉਹਨਾਂ ਨੇ ਕਿਹਾ ਕਿ ਦੇਖੋ ਕੁਛ ਜਿਆਦਤੀਆਂ ਹੋ ਰਹੀਆਂ ਨੇ, ਫਰਜ਼ ਕਰ ਲਓ ਕਿ ਇੱਕ ਕਿਸਾਨ ਦੀ 1 ਕਿੱਲਾ ਜ਼ਮੀਨ ਆਉਂਦੀ ਹੈ ਤਾਂ ਉਹਨੂੰ ਤਾਂ ਦੇਤਾ 20 ਲੱਖ ਰੁਪਏ ਪਰ ਕਿੱਲਾ, ਦੂਜੇ ਕਿਸਾਨ ਨੂੰ ਦਿੱਤਾ 60 ਲੱਖ ਰੁਪਏ ਕਿੱਲਾ, ਕੋਈ ਰੇਟ ਫਿਕਸ ਨਹੀਂ ਕੀਤਾ ਗਿਆ। ਇਹਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਇਹਦੇ ਵਿੱਚ ਪਟਵਾਰੀ ਵੀ ਰਲੇ ਹੋਏ ਨੇ, ਤਹਿਸੀਲਦਾਰ ਵੀ ਰਲੇ ਹੋਏ ਨੇ, ਸਰਕਾਰ ਦੇ ਕੁਛ ਨੁਮਾਇੰਦੇ ਵੀ ਰਲੇ ਹੋਏ ਨੇ, ਤਾਂ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇ ਰਹੇ। ਦੇਖੋ ਹਰਪ੍ਰੀਤ ਜੀ, ਆਪਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਲੋਕ ਕੀ ਕਰਦੇ ਨੇ ਕਿ ਜਿੱਥੋਂ ਦੀ ਕੋਈ ਇਸ ਤਰ੍ਹਾਂ ਦਾ ਖਾਸ ਹਾਈਵੇ ਨਿਕਲਣਾ ਹੋਵੇ, ਲੋਕ ਜ਼ਮੀਨਾਂ ਲੈ ਲੈਂਦੇ ਨੇ ਜੀ, ਪਹਿਲਾਂ ਲੈ ਲੈਂਦੇ ਨੇ ਜਾਂ ਬਿਆਨੇ ਕਰ ਲੈਂਦੇ ਨੇ ਤਾਂ ਕਿ ਉਹ ਓਵਰਨਾਈਟ ਅਮੀਰ ਹੋ ਜਾਣ।
ਪਰ ਇਹਦੇ ਵਿੱਚ ਜਿਹੜਾ ਇਹ ਸਾਰਾ ਮਸਲਾ ਹੈਗਾ ਜਾਂ ਜਿੰਨਾ ਤੁਹਾਡਾ ਤੁਸੀਂ ਮੁਆਵਜ਼ਾ ਕੇਂਦਰ ਸਰਕਾਰ ਨਹੀਂ ਆਪਣਾ ਨਿਯਤ ਕਰਦੀ ਵੀ ਕਿੰਨਾ ਹੈਗਾ, ਤੁਸੀਂ ਲੋਕਲ ਆਪਣੀ ਜਿਹੜੀ ਰਜਿਸਟਰੀ ਵੈਲਿਊ ਹੈਗੀ ਹੈ, ਕਲੈਕਟਰ ਰੇਟ ਹੈਗਾ, ਉਹਦੇ ਮੁਤਾਬਕ ਤੁਸੀਂ ਕਰਨਾ। ਤੇ ਮਤਲਬ ਤੁਸੀਂ ਜੋ ਚਾਹੇ ਤੁਸੀਂ 60 ਲੱਖ ਦੋ, 50 ਦੋ, 40 ਦੋ, ਕਰੋੜ ਦੋ, ਉਹਦੇ ਤੇ ਕੋਈ ਕੈਪ ਨਹੀਂ ਹੈਗੀ, ਕਿਉਂਕਿ ਹਰੇਕ ਜਿਹੜਾ ਏਰੀਆ ਵੇਰੀ ਕਰਦਾ ਹੈ ਬਿਲਕੁਲ ਜਗ੍ਹਾ ਤੋਂ ਜਗ੍ਹਾ ਤੇ, ਮਤਲਬ ਸਾਰਾ ਕੁਛ। ਤੇ ਜੇ ਇੰਨਾ ਅਖਤਿਆਰ ਤੁਹਾਨੂੰ ਦਿੱਤਾ ਹੋਇਆ, ਪੈਸਾ ਤੁਹਾਨੂੰ ਦਿੱਤਾ ਹੋਇਆ, ਤੇ ਫਿਰ ਤੁਸੀਂ ਮਤਲਬ ਐਡਾ ਵੱਡਾ ਨੁਕਸਾਨ ਇਹ ਪੰਜਾਬ ਦਾ ਕਰਵਾ ਰਹੇ ਨੇ। ਔਰ ਇਹ ਜਿਹੜੀਆਂ ਸੜਕਾਂ ਹੁੰਦੀਆਂ ਨੇ ਇੱਦਾਂ ਦੀਆਂ ਹਾਈਵੇਜ਼ ਨੇ, ਉਹ ਇੱਕ ਸਾਡੀ ਲਾਈਫ ਲਾਈਨ ਹੁੰਦੇ ਨੇ। ਲਾਈਫ ਲਾਈਨ ਦੇ ਨਾਲ ਕੀ ਹੈਗਾ ਕਿ ਇਕੱਲੀ ਆਵਾਜਾਈ ਨਹੀਂ ਹੈਗੀ, ਜਿੱਥੇ ਜਿੱਥੇ ਲੋਕ ਤਾਂ ਕਹਿੰਦੇ ਯਾਰ ਸਾਡੇ ਤੁਸੀਂ ਲਿੰਕ ਰੋਡ ਹੀ ਕੱਢ ਦਿਓ, ਬਿਲਕੁਲ ਠੀਕ, ਜ਼ਮੀਨ ਵੀ ਦੇਣ ਨੂੰ ਤਿਆਰ ਹੋ ਜਾਂਦੇ ਆ, ਤਾਂ ਕਿ ਉਹਦੇ ਨਾਲ ਜ਼ਮੀਨ ਦੀ ਕੀਮਤ ਵੱਧਦੀ ਹੈ, ਉੱਥੇ ਨਵੀਂ ਵਸੋਂ ਆਉਂਦੀ ਹੈ, ਨਵਾਂ ਵਪਾਰ ਆਉਂਦਾ ਹੈ, ਨਵੀਂ ਇੰਡਸਟਰੀ ਆਉਂਦੀ ਹੈ, ਨਵੀਂ ਇਨਵੈਸਟਮੈਂਟ ਆਉਂਦੀ ਹੈ। ਤੇ ਸਾਡੇ ਕੋਲੇ ਤਾਂ ਮਤਲਬ 1500 ਕਿਲੋਮੀਟਰ ਸਾਡੇ ਪੰਜਾਬ ਦੇ ਵਿੱਚ ਇਹ ਨੈਸ਼ਨਲ ਹਾਈਵੇ ਬਣ ਰਹੇ ਹੈ, ਤੇ ਅਸੀਂ ਸੁੱਤੇ ਪਏ। ਮਤਲਬ ਜੋ ਚੀਜ਼ਾਂ ਕਰਨੀਆਂ ਨੇ, ਔਰ ਮੈਂ ਤੁਹਾਨੂੰ ਹੋਰ ਵੀ ਦੱਸਦਾ, ਇਹ ਪੰਜਾਬ ਦੀ ਬੜੀ ਮਾੜੀ ਕਿਸਮਤ ਹੈ ਕਿ ਏਦਾਂ ਦੀ ਸਰਕਾਰ ਆ ਗਈ ਜਿਹੜੀ ਕੁਛ ਜਿਹੜੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ, ਉਹਨਾਂ ਨੂੰ ਵੀ ਉਤਸ਼ਾਹਿਤ ਕਰਦੇ ਆ ਵੀ ਕਿਵੇਂ ਨਾ ਕਿਵੇਂ ਉਹਨਾਂ ਦਾ ਜਿਹੜਾ ਰੌਲਾ ਰੱਪਾ ਪੈ ਕੇ ਪੁਆਈ ਰੱਖੋ ਤੇ ਪ੍ਰੋਜੈਕਟ ਜਿਹੜੇ ਦੇ ਉਹ ਸਿਰੇ ਨਾ ਚੜ ਸਕਣ। ਬਿਲਕੁਲ ਠੀਕ ਸਰ, ਮੈਂ ਇੱਕ ਮਿੰਟ ਆ ਗਿਆ ਤੁਹਾਡੇ ਕੋਲ। ਜੀ 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 ਮੈਂ ਤਾਂ ਸਭ ਵੀ ਮੇਰੇ ਨਾਲ ਜੁੜੇ ਹੋਏ ਨੇ। ਹਾਂ ਹਾਂ ਮੈਂ ਇੱਕ ਮਿੰਟ ਆਇਆ ਸਰ, ਇੱਕ ਮਿੰਟ ਆਇਆ ਤੁਹਾਡੇ ਕੋਲ ਮੈਂ ਤਾਂ ਸਭ, ਕਿਉਂਕਿ ਆਮ ਤੌਰ 'ਤੇ ਹੁੰਦਾ ਇਹ ਹੈ ਕਿ ਸਟੇਟ ਗੌਰਮੈਂਟਸ ਸੂਬਾ ਸਰਕਾਰਾਂ ਕਹਿੰਦੀਆਂ ਕਿ ਦੇਖੋ ਸਾਨੂੰ ਪ੍ਰੋਜੈਕਟ ਨਹੀਂ ਮਿਲ ਰਹੇ, ਕੇਂਦਰ ਸਰਕਾਰਾਂ ਸਾਨੂੰ ਪ੍ਰੋਜੈਕਟ ਨਹੀਂ ਦੇ ਰਹੀਆਂ। ਇੱਥੇ ਕੇਂਦਰ ਸਰਕਾਰ ਕਹਿ ਰਹੀ ਕਿ ਅਸੀਂ ਪ੍ਰੋਜੈਕਟ ਦੇ ਰਹੇ ਹਾਂ, ਭਾਈ ਸਾਨੂੰ ਜ਼ਮੀਨ ਤਾਂ ਐਕੁਆਇਰ ਕਰਕੇ ਦੇ ਦਿਓ, ਜ਼ਮੀਨ ਦੇ ਪੈਸੇ ਵੀ ਅਸੀਂ ਦੇਣੇ ਨੇ। ਮੈਂ ਤਾਂ ਸਾਹਿਬ ਥੋੜ੍ਹੀ ਜਿਹੀ ਜਾਣਕਾਰੀ ਦਿਓਗੇ ਕਿ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ NHAI ਦੇ ਕੁਛ ਪ੍ਰੋਜੈਕਟ ਜ਼ਮੀਨ ਐਕੁਆਇਰ ਨਾ ਹੋਣ ਕਰਕੇ ਖਟਾਈ ਦੇ ਵਿੱਚ ਪੈ ਰਹੇ ਨੇ? ਬਿਲਕੁਲ ਹਰਪ੍ਰੀਤ ਜੀ, ਗੱਲ ਇਹ ਹੋਈ ਕਿ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਜੀ ਪੰਜਾਬ 'ਚ ਆਈ ਸੀ ਕਿ ਜੀ ਕੁਛ ਡਿਵੈਲਪਮੈਂਟ ਕਰਨਗੇ ਇੱਥੇ, ਬਟ ਉਹ ਇੱਕ ਕਹਾਵਤ ਹੈ ਨਾ ਕਿ ਆਏ ਥੇ ਨਮਾਜ਼ ਬਖਸ਼ਵਾਨੇ ਰੋਜ਼ੇ ਗਲੇ ਪੜ ਗਏ। ਬਿਲਕੁਲ ਠੀਕ, ਤਾਂ ਉਹੀ ਗੱਲ ਹੁਣ ਪੰਜਾਬ 'ਚ ਹੋ ਰਹੀ ਹੈ। ਜਿੰਨੇ ਵੀ ਕੰਟਰੈਕਟਰ ਸੀ ਜਿਨ੍ਹਾਂ ਦੇ ਕੋਲ ਟੋਲ ਦੇ ਕੰਟਰੈਕਟ ਸੀ, ਕੰਸਟਰਕਸ਼ਨ ਦੇ ਕੰਟਰੈਕਟ ਸੀ, ਹੁਣ ਉਹ ਪੂਰੇ ਨਹੀਂ ਹੋ ਪਾ ਰਹੇ, ਨਾਓ ਦੇ ਆਰ ਫਾਈਲਿੰਗ ਕੇਸਿਸ ਅਗੇਂਸਟ ਦੀ NHAI ਡੈਮੇਜਿਸ ਦੇ, ਕੰਪਨਸੇਸ਼ਨ ਦੇ। ਇਹ ਤਾਂ ਇੱਕ ਪੱਖ ਹੋ ਗਿਆ ਕਿ ਕਿਉਂ ਪ੍ਰੋਬਲਮ NHAI ਨੂੰ ਆ ਰਹੀ ਹੈ। ਉਹ ਆ ਰਹੀ ਹੈ ਬੇਸਿਕਲੀ ਪੰਜਾਬ ਦੀ ਸਰਕਾਰ ਕਰਕੇ ਜੀ। ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ, ਨਾ ਤਾਂ ਉਹ ਲੈਂਡ ਐਕਵਾਇਰ ਕਰ ਪਾ ਰਹੀ ਹੈ, ਜਿੱਥੇ ਐਕਵਾਇਰ ਹੋ ਗਈ ਉੱਥੇ ਡਿਸਬਰਸਮੈਂਟ ਨਹੀਂ ਹੋ ਰਹੀ, ਅਤੇ ਡਿਸਬਰਸਮੈਂਟ ਜਿਹੜੀ ਹੋ ਰਹੀ ਹੈ ਉਹ ਬੜੀ ਇਨਪ੍ਰੋਪੋਰਸ਼ਨੇਟ ਹੋ ਰਹੀ ਹੈ। ਜਿੱਥੇ ਜ਼ਮੀਨ ਦਾ ਰੇਟ 20 ਲੱਖ ਰੁਪਏ ਹੈ, ਪਟਵਾਰੀ, ਤਹਿਸੀਲਦਾਰ, ਕਾਲਾ ਅਥਾਰਟੀਜ਼ ਮਿਲ ਗਏ, ਉੱਥੇ ਰੇਟ ਉਹਨੂੰ ਕਮਰਸ਼ੀਅਲ 'ਚ ਕਨਵਰਟ ਕਰਕੇ 1 ਕਰੋੜ ਰੁਪਏ ਰੇਟ ਕਰ ਰਹੇ ਹੈ ਕਿੱਲੇ ਦਾ। ਤਾਂ ਪੰਜਾਬ ਸਰਕਾਰ ਦੀ ਮੈਨੂੰ ਸਮਝ ਨਹੀਂ ਆਉਂਦਾ, ਉਹਨਾਂ ਦੀ ਨੀਅਤ ਨਹੀਂ ਹੈਗੀ ਕੰਮ ਕਰਨ ਦੀ, ਜਾਂ ਉਹਨਾਂ ਦੀ ਕੋਈ ਸੋਚ ਨਹੀਂ ਹੈਗੀ ਕੰਮ ਕਰਨ ਦੀ। ਹੁਣ NHAI ਕੀ ਕਰੇ ਜੀ, ਪੈਸੇ ਉਹਨਾਂ ਨੇ ਪੂਰੇ ਡਿਸਬਰਸ ਕਰਤੇ, ਪੈਸੇ ਡਿਸਬਰਸ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲ ਰਿਹਾ। ਜਿੱਥੇ ਪੋਜੀਸ਼ਨ ਮਿਲ ਗਿਆ ਉੱਥੇ ਕੰਸਟਰਕਸ਼ਨ ਨਹੀਂ ਹੋ ਪਾ ਰਹੀ, ਬਿਲਕੁਲ ਠੀਕ। ਟੋਲ ਪਲਾਜ਼ਾ ਜਿੱਥੇ ਟੋਲ ਬਣੇ ਹੋਏ ਸੀ ਉੱਥੇ ਓਪਰੇਟ ਨਹੀਂ ਹੋ ਪਾ ਰਹੇ। ਤੇ ਇਨ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ NHAI ਨੇ ਹਾਈਕੋਰਟ ਦੇ ਅੰਡਰ 2022 'ਚ ਪਟੀਸ਼ਨ ਫਾਈਲ ਕੀਤੀ ਸੀ ਜੀ, ਜਿਹਦੇ ਅੰਦਰ 2023 ਦੇ ਅੰਦਰ DGP ਲਾਅ ਐਂਡ ਆਰਡਰ ਨੇ ਇੱਕ ਐਫੀਡੇਵਿਟ ਦਿੱਤਾ ਸੀ ਕਿ ਜੀ ਆਪਾਂ ਜਿੰਨੇ ਵੀ ਟੋਲ ਪਲਾਜ਼ਾਜ਼ ਹੈਗੇ ਹੈ, ਟੋਲ ਟੈਕਸ ਬੈਰੀਅਰ ਹੈਗੇ ਹੈ, ਵਿਲ ਟੇਕ ਦੈਮ ਇਨ ਟੂ ਕੰਟਰੋਲ। ਆਪਾਂ ਕਿੱਥੇ ਵੀ ਉਹਨੂੰ ਜਿਸ ਤਰ੍ਹਾਂ
ਕਿਸਾਨ ਜਥੇਬੰਦੀ ਹੈ ਉੱਥੇ ਕਬਜ਼ੇ ਕਰਕੇ ਬੈਠੀ ਹੈ ਕਿ ਆਪਾਂ ਉਹਨੂੰ ਫ੍ਰੀ ਕਰਾਵਾਂਗੇ, ਬਟ ਅੱਜ ਤੱਕ ਹੋ ਨਹੀਂ ਪਾਏ। ਹੁਣ ਫਰੈਸ਼ ਨੋਟਿਸਿਸ ਇਸ਼ੂ ਹੋਏ ਨੇ ਪੰਜਾਬ ਪੁਲਿਸ ਨੂੰ ਅਤੇ ਪੰਜਾਬ ਸਰਕਾਰ ਨੂੰ, ਐਂਡ ਕੋਰਟ ਨੇ ਆਰਡਰ ਕੀਤਾ ਕਿ ਏ ਜੀ ਸਾਹਿਬ ਖੁਦ ਪੇਸ਼ ਹੋਣ ਕੋਰਟ 'ਚ। ਅਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ। ਮੈਂ ਤਾਂ ਸਾਹਿਬ ਆਮ ਤੌਰ 'ਤੇ ਜਦੋਂ ਵੀ ਕੋਈ ਪ੍ਰੋਜੈਕਟ ਜਿਹੜਾ ਲੇਟ ਹੁੰਦਾ ਹੈ, ਜੇ ਥੋੜ੍ਹਾ ਜਿਹਾ ਟਾਈਮ ਡਿਲੇ ਹੋ ਜਾਂਦਾ ਤਾਂ ਉਹ ਕੋਸਟਲੀ ਵੀ ਹੋ ਜਾਂਦਾ, ਕਿਉਂਕਿ ਠੇਕੇਦਾਰ ਨੇ ਲੇਬਰ ਕੀਤੀ ਹੁੰਦੀ ਹੈ, ਲੇਬਰ ਨੂੰ ਉਸੇ ਪੈਸੇ ਦੇ ਨਾਲ ਕੀਤਾ ਹੁੰਦਾ ਹੈ, ਜਿਹੜਾ ਰੌ ਮਟੀਰੀਅਲ ਕੋਸਟ ਐਸਕੇਲੇਸ਼ਨ ਕੋਸਟ ਐਸਕੇਲੇਸ਼ਨ ਹੈ। ਬਿਲਕੁਲ ਜੀ, ਬਿਲਕੁਲ ਕੋਸਟ ਐਸਕੇਲੇਸ਼ਨ ਹੈਗੀ ਹੈ ਜੀ। ਲੇਬਰ ਦਾ ਰੇਟ ਹੈ, ਕਿੰਨੇ ਦਿਨ ਪ੍ਰੋਲੋਂਗ ਕਰਨਗੇ? ਫੋਰ ਐਗਜ਼ਾਮਪਲ ਇੱਕ ਪ੍ਰੋਜੈਕਟ ਚੱਲ ਰਿਹਾ ਜੀ, ਇੱਕ ਮਹੀਨਾ ਹੋ ਗਿਆ ਜੀ, ਉੱਥੇ ਪ੍ਰੋਟੈਸਟਰਸ ਆ ਗਏ, 2 ਮਹੀਨੇ ਹੋਰ ਡਿਲੇ ਹੋ ਗਿਆ, ਉਹਦੀ ਕੋਸਟ ਕੌਣ ਬੀਅਰ ਕਰੇਗਾ? ਰੋ ਮਟੀਰੀਅਲ ਚਲਾ ਜਾਂਦਾ ਹੈ ਜੀ, ਚੋਰੀ ਹੋ ਜਾਂਦਾ ਹੈ, ਲੇਬਰ ਬੈਠੀ ਹੋਈ ਹੈ, ਤੁਸੀਂ ਲੇਬਰ ਲੈ ਕੇ ਆਉਂਦੇ ਹੋ, ਤੁਸੀਂ ਮਸ਼ੀਨਸ ਲੈ ਕੇ ਆਉਂਦੇ ਹੋ, ਤੇ ਆਟੋਮੈਟਿਕਲੀ ਜਿਹੜੀ ਵੀ ਕੋਸਟਿੰਗ ਹੈ ਪ੍ਰੋਜੈਕਟ ਦੀ ਤਾਂ ਉਹ ਤਾਂ ਫਿਰ ਵਧੂਗੀ ਵਧੂਗੀ ਵਧੂਗੀ। ਬਿਲਕੁਲ ਠੀਕ ਸਰ, ਮੈਂ ਇੱਕ ਮਿੰਟ ਆ ਗਿਆ, ਮੇਰੇ ਨਾਲ ਹਰਮਨਪ੍ਰੀਤ ਸਿੰਘ ਜੇਜੀ ਸਾਹਿਬ ਵੀ ਮੌਜੂਦ ਨੇ, ਕੋਆਰਡੀਨੇਟਰ ਨੇ ਰੋਡ ਸੰਘਰਸ਼ ਕਮੇਟੀ ਦੇ, ਹੁਣ ਇਹਨਾਂ ਦਾ ਪੱਖ ਵੀ ਸੁਣ ਲੈਣਾ। ਜੇਜੀ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਆ ਰਹੀ ਹੈ। ਸਰ ਅਸੀਂ ਇੱਕ ਵਿਚਾਰ ਚਰਚਾ ਕਰ ਰਹੇ ਹਾਂ ਕਿ NHAI ਵੱਲੋਂ ਕੁਝ ਪ੍ਰੋਜੈਕਟ ਨੇ ਜਿਹੜੇ ਉਹ ਰੱਦ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਔਰ ਕੁਝ ਰੱਦ ਵੀ ਕਰ ਦਿੱਤੇ ਗਏ ਨੇ ਕਿਉਂਕਿ ਜ਼ਮੀਨਾਂ ਅਕਵਾਇਰ ਕਰਕੇ ਪੰਜਾਬ ਸਰਕਾਰ ਦੇ ਨਹੀਂ ਰਹੀ, ਔਰ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਕੁਝ ਕਿਸਾਨ ਜਥੇਬੰਦੀਆਂ ਅਤੇ ਕੁਝ ਲੋਕ ਜਿਹੜੇ ਨੇ ਉਹ ਜ਼ਮੀਨ ਅਕਵਾਇਰ ਨਹੀਂ ਹੋਣ ਦੇ ਰਹੇ। ਤੁਸੀਂ ਵੀ ਆਪਣੀ ਕਮੇਟੀ ਬਣਾਈ ਹੋਈ ਹੈ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਕਰਕੇ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਪਾ ਰਹੇ? ਦੇਖੋ ਜਿਹੜੇ ਅਸੀਂ ਕਿਸਾਨ ਹਾਂ, ਅਸੀਂ ਬੜੀ ਇੱਕ ਪੜ੍ਹੀ ਲਿਖੀ ਲੋਬੀ ਹੈ, ਕੋਈ ਵੀ ਅਸੀਂ ਡਿਵੈਲਪਮੈਂਟ ਦੇ ਕੰਮ ਵਿੱਚ ਵਾਧਾ ਨਹੀਂ ਪਾਉਣਾ ਚਾਹੁੰਦੇ ਜੀ। ਪਰ ਜੇ ਕੋਈ ਕਿਸੇ ਜਗ੍ਹਾ ਤੇ ਲੜਾਈ ਹੁੰਦੀ ਹੈ ਤਾਂ ਉਹਦਾ ਕਾਰਨ ਕੀ ਹੈ? ਇਹ ਜਿਹੜੇ ਬਿਊਰੋਕ੍ਰੇਟਸ ਹੈ ਜਾਂ ਜਿਹੜੇ ਪੋਲੀਟੀਕਲ ਲੋਕ ਹੈ, ਕਿਉਂ ਨਹੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਜੀ? ਲਾਈਕ ਸਾਡੀ ਜਿਹੜੀ ਸੰਘਰਸ਼ ਕਮੇਟੀ ਹੈ, ਸਾਨੂੰ ਉਮੀਦ ਸੀ ਕਿ ਇੱਕ ਪੰਜਾਬ ਦੇ ਵਿੱਚ ਇੱਕ ਸਰਕਾਰ ਬਣ ਰਹੀ ਹੈ, ਨਵੀਂ ਸਰਕਾਰ ਬਣੀ ਹੈ, ਠੀਕ ਹੈ, ਅਸੀਂ ਆਪਣੇ ਵੱਲੋਂ ਜਾ ਕੇ ਐਪਲੀਕੇਸ਼ਨ, ਅਸੀਂ ਉਹਨਾਂ ਨੂੰ ਮੰਗ ਪੱਤਰ ਤੱਕ ਦਿੱਤੇ ਆ ਵੀ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਸੁਣੀਆਂ ਜਾਣ, ਠੀਕ ਹੈ। ਜਦੋਂ ਨਹੀਂ ਸੁਣੀਆਂ ਜਾਂਦੀਆਂ ਫਿਰ ਅਸੀਂ ਰੋਡ ਤੇ ਆ ਜਾਂਦੇ ਹਾਂ, ਸੜਕਾਂ ਤੇ ਆ ਜਾਂਦੇ ਹਾਂ, ਸੜਕਾਂ ਬੰਦ ਕਰਦੇ ਹਾਂ। ਨਹੀਂ, ਤੁਹਾਡਾ ਤੋਖਲਾ ਕੀ ਹੈ, ਤੁਹਾਡਾ ਇਤਰਾਜ਼ ਕੀ ਹੈ? ਸਾਡਾ ਇਤਰਾਜ਼ ਇਹ ਹੈ ਜੀ, ਜਦੋਂ ਇੱਕ ਜ਼ਮੀਨ ਦਾ ਰੇਟ ਪਹਿਲਾਂ 1.5-1.5 ਕਰੋੜ ਰੁਪਿਆ ਮਿਲਿਆ, ਠੀਕ ਹੈ, ਠੀਕ ਹੈ, ਉਸੇ ਜ਼ਮੀਨ ਦਾ ਰੇਟ ਇਹ ਜਦੋਂ ਦੇ ਰਹੇ ਸੀਗੇ 30-32 ਲੱਖ ਰੁਪਿਆ ਦੇ ਰਹੇ ਸੀ। ਇਹ ਰੇਟ ਤੈਅ ਕੌਣ ਕਰਦਾ ਜੀ? ਜੀ ਸਾਹਿਬ ਇਹ ਰੇਟ ਤੈਅ ਕਿਹਨੇ ਕੀਤੇ ਆ? ਰੇਟ ਇਹ ਦੋਨੋਂ ਗਵਰਨਮੈਂਟਸ ਬੈਠ ਕੇ ਕਰਦੀਆਂ ਜੀ। ਅੱਛਾ, ਇਹਦੇ ਵਿੱਚ ਕੀ ਹੈ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਹੈ ਜੀ, ਇਹਨਾਂ ਨੇ ਕਲੈਕਟਰ ਰੇਟ ਘੱਟ ਕਰਤੇ ਤੇ ਪਬਲਿਕ ਬੜੀ ਖੁਸ਼ ਹੋਈ, ਠੀਕ ਹੈ, ਕਿ ਜਿਹੜੇ ਰਜਿਸਟਰੀ ਰੇਟ ਹੈ ਘੱਟ ਕੀਤੇ ਗਏ। ਪਰ ਸਾਨੂੰ ਜਿਹੜਾ ਪਤਾ ਲੱਗਿਆ ਇਹ ਜ਼ਮੀਨ ਐਕਵਾਇਰ ਕਰਨ ਲਈ ਘੱਟ ਕੀਤੇ ਗਏ ਸੀਗੇ। ਓਕੇ, ਕਿੱਥੇ ਵਧਾਏ ਜਾਂਦੇ ਆ ਜਦੋਂ ਜ਼ਮੀਨ ਐਕਵਾਇਰ ਹੁੰਦੀ ਹੈ? ਇਹਨਾਂ ਨੇ ਉਹਦੇ ਰੇਟ ਘਟਾਤੇ। ਜਦੋਂ ਜ਼ਮੀਨਾਂ ਦੇ ਰੇਟ ਵੱਧ ਰਹੇ ਆ ਤਾਂ ਕਲੈਕਟਰ ਰੇਟ ਘਟਾਏ ਕਿਉਂ ਗਏ? ਹੂ ਇਜ਼ ਰਿਸਪੋਨਸੀਬਲ, ਜ਼ਿੰਮੇਵਾਰ ਕੌਣ ਹੈ? ਹਰ ਜਗ੍ਹਾ ਤੇ ਮਤਲਬ ਜਿਹੜਾ ਕਿਸਾਨਾਂ ਨੂੰ ਇਹ ਅਨਪੜ ਸਮਝਦੇ ਆ, ਧੋਖਾਧੜੀ ਦੇ ਵਿੱਚ ਰੱਖਦੇ ਆ ਲੋਕ। ਜੀ ਜੀ ਸਾਹਿਬ, ਇਹ ਵੀ ਸੁਣਨ ਦੇ ਵਿੱਚ ਆਇਆ ਸੀਗਾ ਕਿ ਇੱਕ ਥਾਂ ਦਾ ਰੇਟ ਹੋਰ ਹੈ, ਦੂਜੀ ਥਾਂ ਦਾ ਰੇਟ ਹੋਰ ਹੈ, ਨਾਲ ਲੱਗਦੇ ਕਿਲੇ ਦਾ ਰੇਟ ਹੋਰ ਹੈ ਤੇ ਇਧਰਲੇ ਪਾਸੇ ਹੋਰ ਹੈ ਰੇਟ। ਬਿਲਕੁਲ ਇਹੀ ਹੋ ਰਿਹਾ ਸੀ ਪਹਿਲਾਂ। ਤੁਸੀਂ ਇੱਕ ਚੀਜ਼ ਨੂੰ, ਤੁਹਾਡੇ ਮੈਂ ਚੈਨਲ ਤੇ ਪਹਿਲਾਂ ਵੀ ਆਇਆ ਹਾਂਜੀ ਹਾਂਜੀ, ਯਾਦ ਹੋਈ ਸੀ ਜੀ, ਤਾਂ ਉਸ ਵੇਲੇ ਮੈਂ ਦੱਸਿਆ ਸੀਗਾ ਵੀ ਇੱਕ ਜ਼ਮੀਨ ਦਾ ਰੇਟ ਹੈ 32 ਲੱਖ ਰੁਪਿਆ ਤੇ ਇੱਕ ਜ਼ਮੀਨ ਦਾ ਰੇਟ ਇਹ 62 ਲੱਖ ਰੁਪਿਆ ਦੇ ਰਹੇ ਆ। ਜ਼ਮੀਨ ਸੇਮ ਹੈ, ਉਹਦੀ ਪੈਦਾਵਾਰ ਸੇਮ ਹੈ, ਈਚ ਐਂਡ ਐਵਰੀਥਿੰਗ, ਉੱਥੇ ਫਿਰ ਕਿੱਥੇ ਗਲਤੀਆਂ ਹੋ ਰਹੀਆਂ ਇਹਨਾਂ ਤੋਂ? ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਮਿਲੀਭੁਗਤ ਵੀ ਹੋ ਸਕਦੀ ਹੈ? ਬੜਾ ਕੁਝ ਸੀਗਾ ਜੀ ਜੋ ਸੀ ਇਹਦੇ ਵਿੱਚ ਲੜ ਲੜ ਕੇ, ਪਰ ਲੋਕ ਸੀਗੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਬੌਂਡ ਕਰਤਾ ਸੀਗਾ, ਉਹਦੇ ਤੇ ਲੋਨ ਨਹੀਂ ਲੈ ਸਕਦੇ ਸੀਗੇ, ਤੇ ਮਤਲਬ ਕਿਸਾਨ ਕਾਫੀ ਔਖਾ ਸੀਗਾ। ਫਿਰ ਕਰਾ ਕੇ 60-62 ਲੱਖ ਰੁਪਏ ਤੱਕ ਅਸੀਂ ਲੜ ਲੁੜ ਕੇ ਲੈ ਕੇ ਗਏ ਹਾਂ।
ਹੁਣ ਅਸੀਂ ਜਾ ਰਹੇ ਹਾਂ ਜੀ ਆਰਬੀਟ੍ਰੇਟਰ ਕੋਲ, ਤੁਰੇ ਫਿਰਦੇ ਹਾਂ, ਕੋਈ ਪੁੱਛਦਾ ਨਹੀਂ ਗਾ। ਚਲੋ ਜੇਜੀ ਸਾਹਿਬ ਮੇਰੇ ਨਾਲ ਬਣੇ ਰਹਿਣਾ, ਮੈਂ ਇੱਕ ਮਿੰਟ ਵਾਪਸ ਆਇਆ ਤੁਹਾਡੇ ਕੋਲ। ਚੰਨੀ ਸਾਹਿਬ ਆਹ ਤੁਹਾਡੇ ਸਾਹਮਣੇ ਇੱਕ ਕਿਸਾਨ ਆਪਣੀ ਵਿਵਸਥਾ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਠੱਗੀ ਠੋਰੀ ਹੋ ਰਹੀ ਹੈ। ਮਤਲਬ ਪਹਿਲਾਂ ਕਿਸੇ ਜ਼ਮੀਨ ਨੂੰ ਅਕਵਾਇਰ ਕਰਨ ਦੇ ਲਈ ਰੇਟ ਕਰੋੜ ਕਰੋੜ ਮਿਲਦਾ ਹੋਵੇ, ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਦੁੱਗਣਾ ਹੋਣਾ ਚਾਹੀਦਾ ਸੀ, ਫਿਰ ਉਹ ਘੱਟ ਕੇ 50 ਲੱਖ ਰੁਪਏ ਅਤੇ 30 ਲੱਖ ਰੁਪਏ 'ਤੇ ਆ ਗਿਆ। ਇਹ ਕਿਵੇਂ ਪੋਸੀਬਲ ਹੈ? ਦੇਖੋ ਮੈਂ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਜਿਹੜਾ ਕਲੈਕਟਰ ਰੇਟ ਹੈਗਾ ਉਹ ਸੈਂਟਰਲ ਗੌਰਮੈਂਟ ਨਹੀਂ ਡਿਟਰਮਨ ਕਰਦੀ। ਕਲੈਕਟਰ ਰੇਟ ਨੂੰ ਵਧਾਉਣਾ ਹੈਗਾ ਹਮੇਸ਼ਾ ਵੱਧਦਾ ਹੀ ਰਿਹਾ। ਮੈਂ ਤਾਂ ਪਹਿਲੀ ਵਾਰੀ ਸੁਣਿਆ ਕਿ ਕਲੈਕਟਰ ਰੇਟ ਵੀ ਘਟਾ ਤੇ, ਇਹ ਪਤਾ ਨਹੀਂ ਕਿਹੋ ਜਿਹੀ ਸਰਕਾਰ ਸੀ, ਜਾਂ ਹੋ ਸਕਦਾ ਕਿਉਂਕਿ ਸਰਕਾਰ ਨੂੰ ਵੀ ਨੁਕਸਾਨ ਹੈ, ਸਟੈਂਪ ਡਿਊਟੀ ਘੱਟ ਮਿਲੇਗੀ, ਪਰ ਹੋ ਸਕਦਾ ਕੋਈ ਲੋਬੀ ਹੋਵੇ ਜਿਹੜੀ ਕਹਿੰਦੀ ਹੋਵੇ ਵੀ ਅਸੀਂ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਘੱਟ ਹੈ ਤਾਂ ਇਸ ਕਰਕੇ ਤੁਸੀਂ ਕਲੈਕਟਰ ਰੇਟ ਘਟਾ ਦਿਓ, ਇਹ ਵੀ ਹੋ ਸਕਦਾ। ਦੈਟ ਕੁਡ ਬੀ ਦੀ ਆ ਨਹੀਂ ਹੋਏਗਾ ਜੀ ਸਾਹਿਬ, ਉਹ ਮਨਾ ਨਹੀਂ ਕਰ ਰਹੇ, ਉਹ ਕਹਿੰਦੇ ਹੋਏਗਾ ਹੋਏਗਾ, ਪਰ ਬੜਾ ਸੁਣਨ ਦੇ ਵਿੱਚ ਅਜੀਬ ਲੱਗ ਰਿਹਾ ਉਹ ਕਹਿ ਰਹੇ। ਹਾਂ ਤਾਂ ਮੈਂ ਇਹ ਕਹਿ ਰਿਹਾ ਕਿ ਦੇਖੋ ਜੇ ਮੰਨ ਲਓ ਜਿਹੜੀ ਸਟੇਟ ਗਵਰਨਮੈਂਟ ਹੈ, ਜਿਸ ਤਰ੍ਹਾਂ ਹੁਣ ਇਹ ਕਹਿ ਰਹੇ ਨੇ ਜੇਜੀ ਸਾਹਿਬ ਕਿ ਜੀ ਅਸੀਂ ਵਧਾ ਲਿਆ ਰੇਟ, ਤੇ ਕੋਈ ਵੀ ਜਿਹੜੀ ਅਥਾਰਿਟੀ ਹੈਗੀ ਹੈ, ਕੋਈ ਵੀ ਸਪੀਕਿੰਗ ਆਰਡਰ ਪਾਸ ਕਰਕੇ, ਪਰਟੀਕੁਲਰ ਜਿਹੜਾ ਜਸਟੀਫਾਈਡ ਆਰਡਰ ਹੋਏਗਾ ਉਹਦੇ ਪਾਸ ਕਰਕੇ ਉਹ ਰੇਟ ਨੂੰ ਅੱਗੇ ਪਿੱਛੇ ਕਰ ਸਕਦੀ ਹੈ। ਇਹ ਵੀ ਵਿੱਚੋਂ ਐਗਜ਼ੈਂਪਸ਼ਨ ਦੇ ਸਕਦੀ ਹੈ ਵੀ ਹੋ ਸਕਦਾ ਰਜਿਸਟਰੀਆਂ ਘੱਟ ਮੁੱਲ ਤੇ ਹੋਈਆਂ ਹੋਣ, ਪਰ ਇਸ ਵੇਲੇ ਮਾਰਕੀਟ ਪ੍ਰਾਈਸ ਆ ਹੈਗੀ ਹੈ, ਤਾਂ ਉਹਦੇ ਮੁਤਾਬਕ ਹਾਲਾਂਕਿ ਜਿਹੜੀ ਆਪਾਂ ਲੈਂਡ ਅਕਵਾਇਰ ਕਰਦੇ ਹਾਂ ਉਹਦੇ ਨਾਲ ਤਾਂ ਕੰਪਨਸੇਸ਼ਨ ਵੀ ਵੱਧ ਮਿਲਦਾ ਹੈਗਾ, ਫਿਰ ਡਿਸਪਲੇਸਮੈਂਟ ਦਾ ਵੀ ਕਿੰਨੀਆਂ ਚੀਜ਼ਾਂ ਹੋਰ ਨੇ ਜਿਹੜੀਆਂ ਉਹਦੇ 'ਚ, ਐਕਸਗ੍ਰੇਸ਼ਾ ਕੀ ਕਹਿ ਲਓ, ਮਕਾਨਾਂ ਦਾ ਕੀ ਕਹਿ ਲਓ, ਤੁਹਾਡੀ ਜੇ ਤੁਸੀਂ ਉੱਥੋਂ ਮਤਲਬ ਡਿਸਪਲੇਸ ਹੋ ਰਹੇ ਹਾਂ ਉਹਦਾ ਵੀ ਤੁਹਾਨੂੰ ਰਿਲੀਫ ਮਿਲਦਾ, ਬੜੇ ਚੀਜ਼ਾਂ ਇਕੱਠੀਆਂ। ਤਾਂ ਮਤਲਬ ਮੈਂ ਕਹਿੰਦਾ ਕਿ ਦੇਖੋ ਭਾਰਤ ਸਰਕਾਰ ਜੇ ਤੁਹਾਨੂੰ ਲੱਗਦਾ ਹੈ ਵੀ ਘੱਟ ਹੈ ਪੈਸੇ, ਤੁਸੀਂ ਹੋਰ ਮੰਗੋ, ਬਿਲਕੁਲ ਕੋਈ ਗੱਲ ਤਾਂ ਕਰੋ। ਗੱਲ ਕਰ ਹੀ ਨਹੀਂ ਰਿਹਾ ਸੀ ਕੋਈ, ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਸਰ, ਹਰ ਬੰਦੇ ਨੂੰ ਰਿਕੁਐਸਟ ਕੀਤੀ ਹੈ। ਨਹੀਂ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਪੰਜਾਬ ਸਰਕਾਰ ਦੀ, ਕਿਉਂਕਿ ਹੁਣ ਵੀ ਜਦੋਂ ਇੰਨਾ ਰੌਲਾ ਪਿਆ ਹੈ, ਟ੍ਰਿਬਿਊਨ ਨੇ ਆਪਣੀ ਸਟੋਰੀ ਲਾਈ, ਉਹਦਾ ਇੰਨਾ ਇੰਪੈਕਟ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਨਿਤਿਨ ਗਡਕਰੀ ਜੀ ਨੇ ਮੀਟਿੰਗ ਕੀਤੀਆਂ, ਹੁਣ ਆਨਰੇਬਲ ਪ੍ਰਾਈਮ ਮਿਨਿਸਟਰ ਵੀ ਕਰ ਰਹੇ ਹੈ, ਔਰ ਇੱਥੋਂ ਵੀ ਫਿਰ ਇਹਨਾਂ ਨੂੰ ਬੁਲਾਇਆ, ਹਾਈ ਕੋਰਟ ਨੇ ਵੀ ਕਿਹਾ, ਝਾੜ ਵੀ ਪਾਈ, ਫਿਰ ਪੁਲਿਸ ਨੂੰ ਵੀ ਕਿਹਾ। ਮੈਂ ਕਹਿੰਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ, ਐਡਾ ਵੱਡਾ ਕੋਈ ਮਸਲਾ ਨਹੀਂ ਜਿਹਦਾ ਹੱਲ ਨਹੀਂ ਹੈਗਾ, ਨਹੀਂ ਹੈਗਾ। ਹੁਣ ਆਪਾਂ ਲੈਂਡ ਪੂਲਿੰਗ ਕਰਦੇ ਹਾਂ, ਬਿਲਕੁਲ ਠੀਕ ਹੈ ਸਰ, ਜਿਹੜੀ ਲੈਂਡ ਪੂਲਿੰਗ ਦੀ ਸਕੀਮ ਹੈ, ਅਪਾਰਟ ਹਰਪ੍ਰੀਤ ਜੀ, ਅਪਾਰਟ ਫਰਮ ਦੈਟ, ਇੱਕ ਵਾਰ ਜੇ ਕੰਪਨਸੇਸ਼ਨ ਵੀ ਅਨਾਊਂਸ ਹੋ ਗਿਆ, ਅਵਾਰਡ ਅਨਾਊਂਸ ਕਰਤਾ, ਉਸ ਤੋਂ ਬਾਅਦ ਵੀ ਨੈਸ਼ਨਲ ਹਾਈਵੇ ਐਕਟ ਦੇ ਅੰਦਰ ਦੇਰ ਇਜ਼ ਅ ਪ੍ਰੋਵੀਜ਼ਨ 3G5 ਜਿਹੜਾ ਇਨਹਾਂਸਮੈਂਟ ਵਾਸਤੇ ਕਹਿੰਦਾ ਹੈ ਕਿ ਤੁਸੀਂ ਇਨਹਾਂਸਮੈਂਟ ਵਾਸਤੇ ਜਾ ਸਕਦੇ ਹੋ। ਇਹਦਾ ਮਤਲਬ ਇਹ ਨਹੀਂ ਹੋਇਆ ਕਿ ਤੁਸੀਂ ਰੋਡ ਜਾਮ ਕਰ ਦੋ, ਤੁਸੀਂ ਟੋਲ ਜਾਮ ਕਰ ਦੋ, ਤੁਸੀਂ ਡਿਵੈਲਪਮੈਂਟ ਦਾ ਕੰਮ ਤਾਂ ਨਾ ਰੋਕੋ ਨਾ। ਸਰ ਐਸਡੀਐਮ ਦੇ ਦੇਰ ਇਜ਼ ਅ ਪ੍ਰੋਸੀਜਰ ਕਿ ਤੁਸੀਂ ਫਰਦਰ ਨਹੀਂ ਜਾ ਸਕਦੇ, ਕਿਸੇ ਕੋਰਟ 'ਚ ਨਹੀਂ ਜਾ ਸਕਦੇ, ਅਸੀਂ ਰਿਕੁਐਸਟ ਕਰ ਕਰਕੇ ਉਹ ਐਫੀਡੇਵਿਟ ਦਵਾਇਆ ਕਿ ਤੁਹਾਨੂੰ। ਨਹੀਂ 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 ਬਾਈ ਜੀ, ਗਲਤਫਹਿਮੀ ਹੈ ਤੁਹਾਡੀ, ਬਿਲਕੁਲ ਇਨਹਾਂਸਮੈਂਟ ਆਫ ਕੰਪਨਸੇਸ਼ਨ 3G5 ਦੇ ਅੰਦਰ, NHAI ਐਕਟ ਦੇ ਅੰਦਰ ਦੇਰ ਇਜ਼ ਅ ਪ੍ਰੋਵੀਜ਼ਨ, ਤੁਸੀਂ ਇਨਹਾਂਸਮੈਂਟ ਵਾਸਤੇ ਜਾ ਸਕਦੇ ਹੋ, ਆਰਬਿਟ੍ਰੇਸ਼ਨ ਵਾਸਤੇ ਜਾ ਸਕਦੇ ਹੋ, ਉਸ ਤੋਂ ਬਾਅਦ 34 ਚ ਜਾ ਸਕਦੇ ਹੋ, 37 ਹਾਈ ਕੋਰਟ ਜਾ ਸਕਦੇ ਹੋ। ਸਰ ਕਿਸਾਨ ਕਿੰਨਾ ਕੁ ਪੜਿਆ ਲਿਖਿਆ, ਜਿਹਨੂੰ ਇਹ ਸਾਰੇ ਪ੍ਰੋਸੀਜਰ ਅਪੀਲ ਆਲਸੋ, ਕਿਸਾਨ ਕਿੰਨਾ ਕੁ ਪੜਿਆ ਲਿਖਿਆ, ਕਿੰਨੇ ਪਰਸੈਂਟ ਸਰ ਕਿਸਾਨ ਕੋਰਟ ਚ ਜਾ ਸਕਦੇ ਆ ਇਹ ਸਾਰੇ ਲਾਜ਼ ਨੂੰ ਲੈ ਕੇ? ਜੇ ਜੀ ਸਾਹਿਬ ਤੁਸੀਂ ਪੰਜਾਬ ਦੀ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਗੱਲ ਨਹੀਂ ਕੀਤੀ, ਕਿਉਂਕਿ ਸਥਾਨਕ ਭਾਵੇਂ ਪਟਵਾਰੀ ਹੋਣ, ਤਹਿਸੀਲਦਾਰ ਹੋਣ, ਉਹਨਾਂ ਦੇ ਹੱਥ ਤਾਂ ਬਹੁਤ ਕੁਝ ਹੈ। ਸਰ ਕੁਝ ਨਹੀਂ ਹੈਗਾ, ਸਭ ਨੇ ਹੱਥ ਖੜੇ ਕੀਤੇ ਸਰ, SDM ਨੇ ਹੱਥ ਖੜੇ ਕਰਤੇ, ਤਹਿਸੀਲਦਾਰਾਂ ਨੇ ਹੱਥ ਖੜੇ ਕਰਤੇ, ਫਿਰ ਉਸ ਤੋਂ ਬਾਅਦ ਸਾਡੇ ਕੋਲ ਸਿਰਫ ਇੱਕੋ ਹੀ ਰਸਤਾ ਰਹਿ ਗਿਆ ਸੀ, ਰੋਡ ਜਾਮ ਕਰਨਾ, ਜਿਹਦੇ ਤੇ ਸਰ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਸੀਗੀ। ਬਿਲਕੁਲ ਠੀਕ, ਮੈਂ ਤਾਂ ਸਾਹਿਬ ਹੁਣ ਕੋਈ ਰਾਹ ਨਿਕਲਦਾ ਨਜ਼ਰ ਆ ਰਿਹਾ, ਕਿਉਂਕਿ 31 ਤਰੀਕ ਨੂੰ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਮੀਟਿੰਗ ਸੱਦ ਲਈ ਹੈ, ਜਿਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੀ ਗੱਲ ਜ਼ਰੂਰ ਹੋਏਗੀ।
ਪ੍ਰੋਜੈਕਟਸ ਨੂੰ ਠੀਕ ਠਾਕ ਕਰਾ ਲਓ ਜੇ ਨਹੀਂ ਹੋਏਗਾ ਤੇ ਇਹ ਪ੍ਰੋਜੈਕਟਸ ਨੂੰ ਲੈ ਕੇ ਆਪਾਂ ਕਿਸੇ ਹੋਰ ਸਟੇਟ ਚ ਚਲੇ ਜਾਣਾ। ਦੇਖੋ ਡਿਵੈਲਪਮੈਂਟ ਦਾ ਕੰਮ ਤਾਂ ਰੁਕਦਾ ਨਹੀਂ ਹੈਗਾ, ਸੈਂਟਰਲ ਗਵਰਨਮੈਂਟ ਨੇ ਪ੍ਰੋਜੈਕਟ ਦੇਰ ਇਜ਼ ਆਲਰੇਡੀ ਅ ਫੰਡ, ਉਹ ਪੰਜਾਬ ਨੂੰ ਨਹੀਂ ਦੇਣਗੇ ਕਿਸੇ ਹੋਰ ਸਟੇਟ ਨੂੰ ਦੇ ਦੇਣਗੇ। ਪੰਜਾਬ ਨੂੰ ਲੈ ਕੇ ਪੰਜਾਬ ਸਰਕਾਰ ਸੀਰੀਅਸ ਹੀ ਨਹੀਂ ਹੈਗੀ, ਨਾ ਇਹਨਾਂ ਦੀ ਕੋਈ ਨੀਤੀ ਹੈ, ਨਾ ਇਹਨਾਂ ਦੀ ਕੋਈ ਸੋਚ ਹੈ। ਕਿਉਂਕਿ ਜੇ ਇੱਕ ਅੱਧਾ ਵੀ ਕੋਈ ਪ੍ਰੋਜੈਕਟ ਹੋਵੇ ਉਹਦੇ ਲਈ ਵੀ ਜੀ ਜਾਨ ਲਾ ਦਿੱਤੀ ਜਾਂਦੀ ਹੈ ਕਿਸੇ ਵੀ ਸਟੇਟ ਦੇ ਚੀਫ ਮਿਨਿਸਟਰ ਵੱਲੋਂ, ਪਰ ਇੱਥੇ ਕੋਸ਼ਿਸ਼ ਕਰਦੇ ਆ ਸਾਰੇ ਸੀ ਆਏ ਹੋਏ ਪ੍ਰੋਜੈਕਟਾਂ ਨੂੰ ਜਾਣ ਦੇ ਰਹੇ ਜੀ। ਇਹ ਤਾਂ ਸਰ ਇੱਕ ਮੀਟਿੰਗ ਲੈਣ ਲਈ ਸਾਨੂੰ ਕੈਪਟਨ ਸਾਹਿਬ ਦਾ 2 ਮਹੀਨੇ ਮਹਿਲ ਘੇਰ ਕੇ ਰੱਖਣਾ ਪਿਆ ਸਰ। ਸਾਡੇ ਸਰ ਘੱਟੋ ਘੱਟ 60 ਬੰਦਿਆਂ ਦੇ ਪਰਚੇ ਦਰਜ ਹੋਏ। ਮਾਨ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ? ਜੇਜੀ ਸਾਹਿਬ ਕਦੇ ਕੋਈ ਨਹੀਂ ਸਰ ਬਹੁਤ ਕੋਸ਼ਿਸ਼ ਕਰ ਲਈ, ਬਹੁਤ ਕੋਸ਼ਿਸ਼ ਕਰ ਲਈ ਸਰ। ਡੀਸੀ ਸਭ ਤੋਂ ਵੱਡਾ ਹੁੰਦਾ ਡਿਸਟ੍ਰਿਕਟ ਦਾ, ਉਹਨਾਂ ਨੇ ਹੱਥ ਖੜੇ ਕਰਤੇ, ਮੈਡਮ ਪਟਿਆਲੇ ਦੇ ਡੀਸੀ ਮੈਡਮ ਨੇ ਹੱਥ ਖੜੇ ਕਰਤੇ, ਕਹਿੰਦੇ ਮੈਂ ਮੀਟਿੰਗ ਨਹੀਂ ਦਵਾ। ਇੱਕ ਮੀਟਿੰਗ ਸਰ, ਪੈਸੇ ਤਾਂ ਦੂਰ ਦੀ ਗੱਲ ਹੈ। ਬੜੀ ਬਦਕਿਸਮਤੀ ਹੈ ਮਤਲਬ ਆਪਣੇ ਆਪ ਦੇ ਵਿੱਚ, ਕਿਉਂਕਿ ਬੀਂਗ ਆ ਪੰਜਾਬੀ ਜੋ ਤੁਸੀਂ ਸੋਚਦੇ ਹੋ, ਤੁਹਾਡੇ ਹੱਥ ਦੇ ਵਿੱਚ ਆਏ ਹੋਏ ਇੰਨੇ ਵੱਡੇ ਪ੍ਰੋਜੈਕਟ ਤੁਹਾਡੇ ਹੱਥਾਂ ਦੇ ਵਿੱਚੋਂ ਅੱਖਾਂ ਦੇ ਸਾਹਮਣੇ ਨਿਕਲ ਰਹੇ ਨੇ, ਜਾ ਰਹੇ ਨੇ। ਆਮ ਤੌਰ 'ਤੇ ਅਸੀਂ ਹਮੇਸ਼ਾ ਇਹ ਗਿਲਾ ਕਰਦੇ ਹਾਂ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਦੀਆਂ ਸਰਕਾਰਾਂ ਕਰਦੀਆਂ ਨੇ ਔਰ ਕਰਦੀਆਂ ਰਹੀਆਂ ਵੀ ਨੇ, ਇਸ ਦੇ ਵਿੱਚ ਕੋਈ ਦੁਰਾਏ ਨਹੀਂ ਹੈ। ਪਰ ਜੇ ਹੁਣ ਕੋਈ ਪ੍ਰੋਜੈਕਟ ਕਰੋੜਾਂ ਰੁਪਿਆਂ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਆ ਰਹੇ ਨੇ ਤਾਂ ਸੀਰੀਅਸਨੈਸ ਨਾ ਹੋਣ ਕਰਕੇ ਇਹ ਪ੍ਰੋਜੈਕਟ ਹੱਥੋਂ ਜਾ ਰਹੇ ਨੇ। ਮੇਰੇ ਕੋਲ ਸਮਾਂ ਘੱਟ ਹੈ, ਮੈਂ ਇੱਕ ਹੋਰ ਵਿਸ਼ੇ 'ਤੇ ਵੀ ਡਿਬੇਟ ਕਰਨੀ ਹੈ। ਬਹੁਤ ਬਹੁਤ ਧੰਨਵਾਦ ਮਹਿਮਾਨਾਂ ਦਾ, ਇਸ ਵਿਸ਼ੇ 'ਤੇ ਦੁਬਾਰਾ ਜ਼ਰੂਰ ਚਰਚਾ ਲੈ ਕੇ ਆਵਾਂਗੇ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ।